ਅੱਜ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਦੇ ਤੀਸਰੇ ਦਿਨ ਸਾਡੇ ਨਾਲ ਮੌਜੂਦ ਨੇ ਸਰਦਾਰ ਹਰਵਿੰਦਰ ਸਿੰਘ ਹੰਸਪਾਲ ਜੀ। ਇਹਨਾਂ ਤੋਂ ਜਾਣਦੇ ਹਾਂ ਸੰਗੀਤ ਸੰਮੇਲਨ 'ਤੇ ਇਹਨਾਂ ਦਾ ਕੀ ਕਹਿਣਾ ਵੇ, ਕਿਵੇਂ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸੰਗੀਤ ਸੰਮੇਲਨ ਜਿਹੜਾ ਹੈ ਜੀ, ਆਪ ਜੀ ਕੰਟੀਨਿਊ 3 ਦਿਨ ਆਪ ਜੀ ਵੀ ਇੱਥੇ ਹੀ ਹੈਗੇ ਹੋ, ਅਤੇ ਇਸ ਦੇ ਉੱਤੇ ਕੁਛ ਰੋਸ਼ਨੀ ਪਾਓ, ਇਹ ਕਿਵੇਂ ਕੀ ਹੈ। ਸਤਿਗੁਰੂ ਉਦੇ ਸਿੰਘ ਜੀ ਨੂੰ ਇਉਂ ਲੱਗਦਾ ਕਿ ਸੰਗੀਤ ਨਾਲ ਬਹੁਤ ਨੇੜੇ ਦਾ ਸੰਬੰਧ ਹੈ। ਉਹ ਕਿਸੇ ਵਕਤ ਆਪ ਵੀ ਸਤਿਗੁਰੂ ਜਗਜੀਤ ਸਿੰਘ ਦੇ ਵਕਤ ਦਿਲਰੁਬਾ ਵਜਾਉਂਦੇ ਹੁੰਦੇ ਸਨ, ਕਾਫੀ ਅੱਛਾ ਵਜਾਉਂਦੇ ਸਨ, ਪਰ ਹੁਣ ਤਾਂ ਉਦੋਂ ਸ਼ਾਇਦ ਗਾਇਨ ਵੀ ਕਰਦੇ ਸਨ, ਹੁਣ ਤਾਂ ਆਪ ਖੁਦ ਤਾਂ ਨਹੀਂ ਕਰਦੇ, ਲੇਕਿਨ ਇਉਂ ਜਾਪਦਾ ਕਿ ਉਹ ਉਹਨਾਂ ਨੇ, ਵੈਸੇ ਤਾਂ ਸਾਰਿਆਂ ਨੂੰ ਪਤਾ ਪਰ ਉਹ ਇਸ ਗੱਲ ਨੂੰ ਬਹੁਤ ਗਹਿਰਾਈ ਨਾਲ ਪ੍ਰਸਤੁਤ ਕਰਦੇ ਨੇ ਕਿ ਗੁਰੂ ਸਾਹਿਬ ਨੇ ਸਾਰੀ ਗੁਰਬਾਣੀ ਜਿੰਨੀ ਵੀ ਹੈ ਉਹ ਰਾਗਾਂ ਵਿੱਚ ਉਚਾਰਨ ਕੀਤੀ ਹੈ। ਅਤੇ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਪ੍ਰੇਮ ਜਿਹੜਾ ਉਹਨਾਂ ਨੇ ਵੇਖਿਆ ਸੰਗੀਤ ਨਾਲ, ਮੈਂ ਸੰਗੀਤਕਾਰ ਤਾਂ ਨਹੀਂ, ਨਾ ਸੰਗੀਤ ਨੂੰ ਸਮਝਦਾ ਹੀ ਹਾਂ, ਲੇਕਿਨ ਸਤਿਗੁਰੂ ਜੀ ਦੇ ਨੇੜਲੇ ਦਰਸ਼ਨ ਹੋਣ ਕਰਕੇ, ਨੇੜਲੇ ਦਰਸ਼ਨ ਹੋਣ ਕਰਕੇ ਸੰਗੀਤ ਪ੍ਰੇਮੀ ਜ਼ਰੂਰ ਬਣ ਗਿਆ। ਸਤਿਗੁਰੂ ਜੀ ਨੇ ਆਪਣੇ ਸਮੇਂ ਵਿੱਚ, ਉਦੋਂ ਮੈਂ ਮੁੱਖ ਪ੍ਰਬੰਧਕ ਆਯੋਜਕ ਹੁੰਦਾ ਸੀ, 6-7 ਖਾਸ ਤੌਰ 'ਤੇ ਦਿੱਲੀ ਵਿੱਚ ਅਤੇ ਕੋਈ ਇੱਕ ਤੋਂ ਬਾਹਰ ਵੀ ਔਰੰਗਾਬਾਦ ਵਗੈਰਾ ਸੰਗੀਤ ਸੰਮੇਲਨ ਕੀਤੇ, ਅਤੇ ਵੱਖ ਵੱਖ ਚੋਟੀ ਦੇ ਕਲਾਕਾਰਾਂ ਕੋਲ ਆਪਣੇ ਨਾਮਧਾਰੀ ਬੱਚੇ ਭੇਜੇ ਅਤੇ ਸਾਰਿਆਂ ਨੂੰ, ਉਹ ਸਾਜ਼ਾਂ ਦੇ ਨਾਂ ਲਾਂ ਤਾਂ ਬਹੁਤ ਲੰਬਾ ਹੋ ਜਾਏਗੀ ਗੱਲ, ਸਾਰੇ ਸਾਜ਼ਾਂ ਨੂੰ ਸਤਿਗੁਰੂ ਸਿੰਘ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਇਹ ਅਰਦਾਸ ਸੀ ਕਿ ਸਾਡੇ ਦੀਵਾਨ ਵਿੱਚ, ਸਾਡੀ ਆਸਾ ਦੀਵਾਰ 'ਚ, ਸਾਡੇ ਕੀਰਤਨ ਵਿੱਚ ਵੱਜਣੇ ਚਾਹੀਦੇ, ਪਰ ਉਹਨਾਂ ਨੇ ਵਜਵਾਏ ਜਿਹੜੇ ਅੱਜ ਵੱਜ ਰਹੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵਕਤ ਸੰਦਰਸ਼ਨ ਸਿੰਘ ਅਤੇ ਖਜਾਨ ਸਿੰਘ ਰਾਗੀ ਸਨ ਅਤੇ ਵਾਜੇ ਤਬਲੇ ਨਾਲ ਉਹ ਕੀਰਤਨ ਕਰਦੇ, ਬਹੁਤ ਰਸੀਲਾ, ਬਹੁਤ ਵਧੀਆ ਕੀਰਤਨ ਹੁੰਦਾ ਸੀ। ਪਰ ਹੌਲੀ ਹੌਲੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਜ਼ਾ ਬਣੀ ਕਿ 33 ਸਾਜ਼ਾਂ ਨਾਲ ਕਰਾਉਣਾ। ਜਿਹੜੇ ਆਮ ਕਲਾਕਾਰ ਕਹਿੰਦੇ ਸਨ ਕਿ ਬਈ 33 ਸਾਜ਼ਾਂ ਨਾਲ ਜਾਂ ਸਾਰੇ ਸਾਜ਼ ਕੀਰਤਨ ਵਿੱਚ ਨਹੀਂ ਵੱਜ ਸਕਦੇ, ਸੱਚੇ ਪਾਤਸ਼ਾਹ ਇਹਨੇ ਵਜਵਾਏ, ਵਜਾ ਕੇ ਵਿਖਾਏ। ਉਸ ਕਿਰਪਾ ਨੂੰ ਸਤਿਗੁਰੂ ਉਦੇ ਸਿੰਘ ਜੀ ਨੇ ਮੇਰਾ ਖਿਆਲ ਹੈ ਬਹੁਤ ਧਿਆਨ ਨਾਲ ਸਮਝਿਆ ਅਤੇ ਸੋਚ ਕੇ ਜਿਸ ਢੰਗ ਨਾਲ ਹੁਣ ਸ਼ਾਸਤਰੀ ਸੰਗੀਤ ਦਾ ਸੰਮੇਲਨ, ਇਹ 10ਵਾਂ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਜਗਜੀਤ ਸਿੰਘ ਸ਼ਾਸਤਰੀ ਸੰਗੀਤ ਸੰਮੇਲਨ ਦੇ ਆਯੋਜਨ ਭੈਣੀ ਸਾਹਿਬ ਜੀ ਇੰਨਾ ਰੋਚਕ ਹੋਇਆ, ਮੈਂ ਆਪ ਪਰਸੋਂ ਤੋਂ ਇੱਥੇ ਹੀ ਹਾਂ ਅਤੇ ਵੇਖ ਰਿਹਾ। ਅਤੇ ਇਸ ਤੋਂ ਪਹਿਲਾਂ ਦਿੱਲੀ ਵਿੱਚ ਵੱਖ ਵੱਖ ਇਲਾਕਿਆਂ 'ਚੋਂ, ਹਿੰਦੁਸਤਾਨ ਦੇ ਵੱਖ ਵੱਖ ਇਲਾਕਿਆਂ 'ਚੋਂ ਨੌਜਵਾਨ ਉੱਭਰਦੇ ਕਲਾਕਾਰਾਂ ਨੂੰ ਬੁਲਾ ਕੇ ਉਹਨਾਂ ਦੀ ਪ੍ਰਤੀਯੋਗਤਾ ਕੀਤੀ, ਉਹਨਾਂ 'ਚੋਂ ਚੁਣ ਕੇ 15-20 ਕਲਾਕਾਰ ਬੱਚੇ ਨੌਜਵਾਨ ਜਿਹੜੇ ਸਨ, ਵੱਖ ਵੱਖ ਗਾਇਨ ਵਾਲੇ ਜਾਂ ਆਪਣਾ ਸਾਜ਼ਾਂ ਵਾਲੇ, ਉਹਨਾਂ ਨੂੰ ਇੱਥੇ ਸ਼੍ਰੀ ਭੈਣ ਸਾਹਿਬ ਲਿਆ ਕੇ ਅਤੇ ਉਹਨਾਂ ਦਾ ਫਿਰ ਕੰਪਟੀਸ਼ਨ ਕਰਕੇ ਉਹਨਾਂ 'ਚੋਂ 1-2-3-4 ਉਹਨਾਂ 'ਚੋਂ ਛਾਂਟੇ। ਮੈਨੂੰ ਇਹ ਜਾਪਦਾ ਕਿ ਸ਼ਾਇਦ ਉਹ ਅਗਲੇ ਸਾਲ ਐਤਕੀ ਅਤੇ ਨਾਮਧਾਰੀ ਗੁਰਦੁਆਰੇ ਵਿੱਚ ਸ਼੍ਰੀ ਰਮੇਸ਼ ਨਗਰ ਹੋਇਆ, ਅਤੇ ਹੋ ਸਕਦਾ ਅਗਲੀ ਵਾਰੀ ਉਹ ਕਿਸੇ ਓਪਨ ਹੋਰ ਜਿਸ ਤਰ੍ਹਾਂ ਕਮਾਨੀ ਆਡੀਟੋਰੀਅਮ ਹੈ ਜਾਂ ਹੋਰ ਉੱਥੇ ਸਾਡੇ ਆਡੀਟੋਰੀਅਮ ਹੈਗੇ ਨੇ ਆਪਣਾ ਨਵੀਂ ਦਿੱਲੀ ਦੇ ਵਿੱਚ, ਅਤੇ ਉੱਥੇ ਕਰਨ। ਅਤੇ ਮੈਨੂੰ ਉਹਦੇ ਪਿੱਛੇ ਉਹਨਾਂ ਦੀ ਇੱਛਾ ਇਹ ਜਾਪਦੀ ਹੈ ਸਤਿਗੁਰੂ ਉਦੇ ਸਿੰਘ ਜੀ ਜੀ ਦੀ ਕਿ ਸਾਰੇ ਹਿੰਦੁਸਤਾਨ 'ਚ ਜਿਹੜਾ ਅੱਜ ਤੋਂ 15-20-25 ਸਾਲ ਪਹਿਲਾਂ ਜਿਹੜਾ ਸਤਰ ਸੀ ਨਾ ਸ਼ਾਸਤਰੀ ਸੰਗੀਤ ਦਾ, ਸ਼ਾਇਦ ਉਹ ਅੱਜ ਨਹੀਂ ਉਨਾ ਪ੍ਰਚਲਿਤ ਅੱਜ ਨਹੀਂ ਹੈਗਾ। ਮਿਆਰ ਤਾਂ ਨਹੀਂ ਮੈਂ ਕੰਪੇਅਰ ਕਰਦਾ, ਲੇਕਿਨ ਉਨਾ ਵਿਸਤ੍ਰਿਤ ਨਹੀਂ ਹੈਗਾ ਪਹਿਲਾਂ। ਹੁਣ ਜੇ ਬਹੁਤ ਜ਼ੋਰ ਲਾ ਕੇ ਵੇਖੀਏ ਤਾਂ
महाराष्ट्र ते बंगाल विच ही ज़्यादा संगीत रह गया, बाकी स्टेटा घट्ट है। सतगुरु जगजीत सतगुरु उदय सिंह जी का ये जी करदा, आऊँ जापदा मैं सतगुरु उदय सिंह जी का ये जी करदा कि आप इस शास्त्रीय संगीत को सारे हिंदुस्तान दोबारा विस्तृत कर दे, फैला दे, ताकि जी कमी महसूस हो रही है उसकी कमी ना हो, ते होर विस्तार ना, क्योंकि अज मैं किसी जिंदा या किसी को माड़ा नहीं कहता कि भाई जो अज जिस टाइप का म्यूजिक जिस तरह के गाने अजकल हो रहे ने, चल रहे ने फिल्मों में भी, तो होर सारे पास भी जिस वैसटर्न स्टाइल बहुत आ गया है, तो सतगुरु जी का राय कि ऐसा ना हो कि शास्त्रीय संगीत हिंदुस्तान तो हौली 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 कि अलोप होने वाले पास ना तुर पे, तो उसनों जिंदा रखने वास्ते ये सारे कार्यक्रम हो रहे हैं। तो ये उन्होंने राय या वो समझते हैं कि सतगुरु जगजीत सिंह जी की उपमा भी होएगी, तो सतगुरु जगजीत सिंह जी दी खुशियां प्राप्त होंगी। बहुत बहुत धन्यवाद जी। अज साडे नाल मौजूद ने हरपाल सिंह नामधारी, इन्हां नू अज पुछदे आ संगीत सम्मेलन दे ਕਿਵੇਂ ਕਿਵੇਂ ਇਤਿਹਾਸ ਹੈਗਾ ਔਰ ਕੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪ ਜੀ ਕੁਛ ਰੋਸ਼ਨੀ ਪਾਓ ਜੀ ਸੰਗੀਤ ਸੰਮੇਲਨ ਅਤੇ ਨਾਮਧਾਰੀਆਂ ਦੇ ਜਿਹੜੇ ਸ਼ੁਰੂ ਤੋਂ ਚੱਲਦੇ ਆ ਰਹੇ ਨੇ। ਗੱਲ ਇਸ ਤਰ੍ਹਾਂ ਹੈ ਕਿ ਆਪਾਂ ਸਾਰੇ ਜਾਣਦੇ ਹਾਂ ਸੰਗੀਤ ਅਧਿਆਤਮ ਦਾ ਮੂਲ ਹੈ। ਜੇ ਅਸੀਂ ਓਮ ਦਾ ਨਾਦ ਕਰੀਏ ਚਾਹੇ ਓਂਕਾਰ ਦਾ ਨਾਦ ਕਰੀਏ, ਉਹ ਸੰਗੀਤਮੈ ਵੀ। ਸਾਰੀ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਜਾਂ ਉਹਨਾਂ ਤੋਂ ਬਾਅਦ ਜਿੰਨੇ ਵੀ ਗੁਰੂ ਸਾਹਿਬਾਨਾਂ ਨੇ ਰਚੀ ਉਹ 31 ਰਾਗਾਂ 'ਚ ਰਚੀ ਗਈ ਹੈ। ਅਤੇ ਸੰਗੀਤ ਦਾ ਅਧਿਆਤਮ ਦੇ ਨਾਲ ਬਹੁਤ ਵੱਡਾ ਕਨੈਕਸ਼ਨ ਹੈ, ਬੜਾ ਵੱਡਾ ਜੁੜਾਵ ਹੈ। ਸਿੱਖਇਜ਼ਮ 'ਚ ਕੀਰਤਨ ਦੀ ਪਰੰਪਰਾ ਜਿਹੜੀ ਹੈ ਉਹ ਸ਼ੁਰੂ ਤੋਂ ਚੱਲਦੀ ਆਈ ਹੈ, ਔਰ ਉਸਦਾ ਜਿਹੜਾ ਚਲਨ ਸੀ ਉਹ ਸ਼ਾਸਤਰੀ ਸੰਗੀਤ ਦੇ ਨਾਲ ਹੀ ਰਲਦਾ ਮਿਲਦਾ ਸੀ। ਆਪਾਂ ਸਾਰੇ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਰਬਾਬ ਵਜਾਈ, ਉਸ ਤੋਂ ਬਾਅਦ ਗੁਰੂ ਘਰ 'ਚ ਸਰੰਦਾ, ਫਿਰ ਤਾਊਸ਼, ਇਹ ਸਾਰੇ ਸਾਜ਼ ਵੱਜੇ। ਹਾਰਮੋਨੀਅਮ ਜਾਂ ਦੂਜੇ ਵੈਸਟਰਨ ਸਾਜ਼ ਜਾਂ ਵੈਸਟਰਨ ਤਰੀਕੇ ਨਾਲ ਕੀਰਤਨ ਸ਼ੈਲੀ ਆਪਣੇ ਨਹੀਂ ਸੀ, ਪਰ ਇੱਕ ਸਮਾਂ ਆ ਗਿਆ ਸੀ, ਭਾਵੇਂ ਉਹ ਅੰਗਰੇਜ਼ਾਂ ਤੋਂ ਬਾਅਦ ਦਾ ਸਮਾਂ ਹੋਵੇ ਜਾਂ ਅੰਗਰੇਜ਼ਾਂ ਦੇ ਟਾਈਮ ਦਾ ਸਮਾਂ ਹੋਵੇ, ਜਦੋਂ ਇਸ ਚੀਜ਼ 'ਚ ਗਿਰਾਵਟ ਆਈ ਔਰ ਵੈਸਟਰਨ ਕਲਚਰ ਦੂਜਾ ਸੰਗੀਤ ਉਹ ਬੜਾ ਪ੍ਰਚਲਿਤ ਹੋਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਜਿੱਥੇ ਬਚਪਨ ਤੋਂ ਹੀ ਉਹਨਾਂ ਨੂੰ ਸੰਗੀਤ ਦੀ ਤਾਲੀਮ ਦਵਾਈ ਅਤੇ ਨਾਲ ਹੀ ਇਹ ਦ੍ਰਿੜ ਕਰਾਇਆ ਕਿ ਹਰ ਸਿੱਖ 'ਚੋਂ ਹਰ ਸਿੱਖ ਦੇ ਬੱਚੇ 'ਚੋਂ ਰਾਗ ਦੀ ਕੁਝ ਨਾ ਕੁਝ ਖੁਸ਼ਬੂ ਜ਼ਰੂਰ ਆਵੇ, ਕਿਉਂਕਿ ਸਾਡਾ ਅਧਿਆਤਮ ਦਾ ਮੂਲ ਹੈ ਕੀਰਤਨ, ਅਤੇ ਕੀਰਤਨ ਰਾਗ ਵੱਧੇ। ਅਤੇ ਫਿਰ ਸਤਿਗੁਰੂ ਜਗਜੀਤ ਸਿੰਘ ਜੀ ਦੀ ਜੋ ਤਾਲੀਮ ਉਹਨਾਂ ਨੂੰ ਸੰਗੀਤ ਦੀ ਮਿਲੀ, ਜਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਹਨਾਂ 'ਤੇ ਕਿਰਪਾ ਕੀਤੀ, ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੀਆਂ ਬਖਸ਼ਿਸ਼ਾਂ ਨੂੰ ਸਤਿਗੁਰੂ ਜੀ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਜੀ ਨੇ ਸਾਰੇ ਨਾਮਧਾਰੀ ਸਮਾਜ 'ਚ, ਉਹਦੇ ਇਲਾਵਾ ਸਾਰੇ ਸੰਗੀਤ ਜਗਤ ਦੇ ਵਿੱਚ ਉਹਦੀ ਵਰਖਾ ਕੀਤੀ। ਸਤਿਗੁਰੂ ਜੀ ਨੇ ਬੜੇ ਉਹਦੇ ਵਾਸਤੇ ਖਰਚ ਖੇਚਲ ਨੂੰ ਤਾਂ ਕਿਤੇ ਸਤਿਗੁਰੂ ਜੀ ਨੇ ਮਾਇਨੇ ਨਹੀਂ ਰੱਖਿਆ। ਸਤਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ, ਅੱਜ ਨਾਮਧਾਰੀ ਪੰਥ ਨੂੰ ਸੰਗੀਤ ਘਰਾਣੇ ਵਜੋਂ ਹੀ ਜਾਣਿਆ ਜਾਣਨ ਲੱਗ ਪਿਆ। ਅਤੇ ਫਿਰ ਸਤਿਗੁਰੂ ਜਗਜੀਤ ਸਿੰਘ ਜੀ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਸਮ੍ਰਿਤੀ 'ਚ ਉਹਨਾਂ ਦੀ ਯਾਦ ਦੇ ਵਿੱਚ ਬੜੇ ਸਾਰੇ ਸੰਗੀਤ ਸੰਮੇਲਨ ਉਹ ਹੁੰਦੇ ਹੀ ਰਹਿੰਦੇ ਸਨ। ਅਤੇ ਉਸ ਤੋਂ ਬਾਅਦ ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਨੇ ਇੰਨਾ ਮਹਾਨ ਕਾਰਜ ਕੀਤਾ ਹੋਇਆ ਸੀ ਸੰਗੀਤ ਦੇ ਖੇਤਰ ਦੇ ਵਿੱਚ, ਅਤੇ ਸਤਿਗੁਰੂ ਉਦੇ ਸਿੰਘ ਜੀ ਜਦੋਂ ਗੁਰਗੱਦੀ 'ਤੇ ਵਿਰਾਜਮਾਨ ਹੋਏ, ਸਤਿਗੁਰੂ ਜੀ ਦੇ ਜਾਣ ਤੋਂ ਬਾਅਦ ਇੱਕ ਵਾਰ ਤਾਂ ਇੰਝ ਲੱਗਦਾ ਸੀ ਕਿ ਸਾਰਾ ਕੁਛ ਖਿਲਰ ਗਿਆ, ਪਰ ਉਹਨਾਂ ਨੇ ਜਿੱਥੇ ਪੰਥ ਨੂੰ ਸਮੇਟਿਆ ਨਾਲ ਹੀ ਨਾਲ ਉਹਨਾਂ ਨੇ ਸੰਗੀਤ ਨੂੰ ਵੀ ਸੰਭਾਲਿਆ, ਸੰਗੀਤ ਨੂੰ ਸੰਭਾਲਿਆ ਆਪਣੇ ਭੈਣੀ ਸਾਹਿਬ 'ਚ ਦੁਬਾਰਾ, ਉਸ ਤਰ੍ਹਾਂ ਹੀ ਸੰਗੀਤ ਦੀਆਂ ਤਾਨਾਂ ਗੂੰਜਣ ਲੱਗ ਪਈਆਂ, ਉਸ ਤਰ੍ਹਾਂ ਹੀ ਕੀਰਤਨ ਹੋਣ ਲੱਗ ਪਏ। ਅਤੇ ਸਤਿਗੁਰੂ ਜੀ ਨੇ ਬੜੀ ਕਿਰਪਾ ਕਰਕੇ ਸਤਿਗੁਰੂ ਜਗਜੀਤ ਸਿੰਘ ਦੇ ਨਾਮ 'ਤੇ ਇੱਕ ਪਰੰਪਰਾ ਸ਼ੁਰੂ ਕਰਤੀ, ਸੰਗੀਤ ਸੰਮੇਲਨ ਸ਼ੁਰੂ ਕਰਤੇ, ਜਿਹੜਾ ਸੰਗੀਤ ਸੰਮੇਲਨ ਅੱਜ ਭੈਣੀ ਸਾਹਿਬ 'ਚ ਇਹ 10ਵਾਂ ਸੰਗੀਤ ਸੰਮੇਲਨ ਹੋ ਰਿਹਾ। ਇਹਦੇ ਇਲਾਵਾ ਦਿੱਲੀ 'ਚ ਵੀ ਹੋਏ ਨੇ, ਇਹਦੇ ਇਲਾਵਾ ਕੈਨੇਡਾ 'ਚ ਹੋਏ ਨੇ, ਹੋਰ ਇੰਗਲੈਂਡ 'ਚ ਹੋਏ ਨੇ, ਬੜੀ ਸਾਰੀ ਜਗ੍ਹਾਵਾਂ 'ਤੇ ਇਹ ਸੰਗੀਤ ਸੰਮੇਲਨ ਹੋ ਰਹੇ ਨੇ। ਔਰ ਇਹਨਾਂ ਵਿੱਚ ਸਭ ਤੋਂ ਵੱਡੀ ਖਾਸ ਗੱਲ ਇਹ ਸੰਗੀਤ ਨੂੰ ਬਹੁਤ ਵੱਡਾ ਪ੍ਰੋਤਸਾਹਨ ਮਿਲ ਰਿਹਾ, ਸੰਗੀਤਕਾਰਾਂ ਨੂੰ ਪ੍ਰੋਤਸਾਹਨ ਮਿਲ ਰਿਹਾ, ਸਾਡੇ ਹਿੰਦੁਸਤਾਨ ਦੀ
ਇਹ ਪਰੰਪਰਾ ਨੂੰ ਸੰਭਾਲਿਆ ਜਾ ਰਿਹਾ। ਸਤਿਗੁਰੂ ਜੀ ਦੀ ਬੜੀ ਬੇਅੰਤ ਕਿਰਪਾ ਹੈ। ਇੱਕ ਪਿੱਛੇ ਸਤਿਗੁਰ ਉਦੇ ਸਿੰਘ ਜੀ ਨੇ ਕਿਰਪਾ ਕੀਤੀ ਸੀ, ਸੰਗੀਤ ਪ੍ਰਤੀਯੋਗਿਤਾ ਸ਼ੁਰੂ ਕਰਾਈ ਸੀ, ਉਹਦੇ ਵਿੱਚ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ, ਫਸਟ ਸੈਕਿੰਡ ਥਰਡ, ਐਵੇਂ ਹਰ ਇੱਕ ਐਵੇਂ ਦੇ ਪ੍ਰੋਗਰਾਮ ਅੱਗੇ ਹੋਣੇ ਚਾਹੀਦੇ ਨੇ, ਕਿਉਂਕਿ ਕਈ ਬੱਚੇ ਕਹਿੰਦੇ ਨੇ ਸਾਨੂੰ ਮੌਕੇ ਨਹੀਂ ਮਿਲਦੇ, ਕਈ ਬੱਚੇ ਕਹਿੰਦੇ ਨੇ ਅਸੀਂ ਵੈਸਟਰਨ ਵੱਲ ਜਾਣਾ, ਅਤੇ ਇਹ ਕਲਾਸੀਕਲ ਵੱਲ ਲਿਆਉਣ ਦਾ ਸਤਿਗੁਰੂ ਦੇ ਸਿੰਘ ਜੀ ਦਾ ਇਹਦੇ ਉਪਰਾਲੇ 'ਤੇ ਕੀ ਆਪ ਜੀ ਕਹਿੰਦੇ? ਮੈਂ ਕਹਿੰਦਾ ਜੀ, ਇਹ ਆਉਣ ਵਾਲੇ ਟਾਈਮ 'ਚ ਹਿੰਦੁਸਤਾਨ ਦਾ ਸੰਗੀਤ ਜਗਤ ਸਤਿਗੁਰੂ ਉਦੇ ਸਿੰਘ ਜੀ ਦੇ ਦੁਆਰਾ ਚੁੱਕੇ ਗਏ ਇਸ ਸਟੈਪ ਨੂੰ ਯਾਦ ਰੱਖੇਗਾ, ਕਿਉਂਕਿ ਅੱਜ ਤੁਸੀਂ ਐੱਮ ਟੀ ਵੀ 'ਤੇ ਵੇਖੋ ਉਹ ਕਿਸ ਤਰ੍ਹਾਂ ਰੈਪ ਦੇ ਉੱਤੇ ਕੰਪਟੀਸ਼ਨ ਹੋ ਰਹੇ ਨੇ, ਬੱਚੇ ਅਗਰੈਸਿਵ ਹੋ ਕੇ ਇੱਕ ਦੂਜੇ ਨੂੰ ਉਹਨਾਂ ਦੇ ਰੈਪ ਦੇ ਵਿੱਚ ਉਹ ਅਗਰੈਸਿਵ ਹੋ ਕੇ ਇੱਕ ਦੂਜੇ ਨੂੰ ਨੀਵਾਂ ਵਿਖਾਉਣਾ, ਇਹ ਕਿੱਧਰ ਦੀ ਕਲਾ ਹੋਈ? ਇਹ ਹਿੰਦੁਸਤਾਨ ਦੀ ਮਰਿਆਦਾ 'ਤੇ ਨਹੀਂ ਹੈ। ਅਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਇਹ ਪਲੈਟਫਾਰਮ ਆਪਣੇ ਸ਼ਾਸਤਰੀ ਸੰਗੀਤ ਦੇ ਬੱਚਿਆਂ ਨੂੰ ਮਿਲਦਾ ਹੀ ਨਹੀਂ ਪਿਆ ਸੀ ਕਿੱਧਰ, ਕੋਈ ਇਹੋ ਜਿਹਾ ਪਲੈਟਫਾਰਮ ਜਿੱਥੇ ਕੋਈ ਇਸ ਤਰ੍ਹਾਂ ਦਾ ਮੁਕਾਬਲਾ ਉਹ ਆਪਣੀ ਪ੍ਰਤਿਭਾ ਨੂੰ ਜ਼ਾਹਿਰ ਕਰ ਸਕਣ, ਕੋਈ ਪਲੈਟਫਾਰਮ ਨਹੀਂ ਸੀ। ਸੱਚ ਪਾਤਸ਼ਾਹ ਨੇ ਕਿਰਪਾ ਕੀਤੀ, ਬਹੁਤ ਵਧੀਆ ਪਹਿਲਾ ਸਟੈਪ ਸੀ। ਪਹਿਲਾ ਸਟੈਪ ਚੁੱਕਣਾ ਹਮੇਸ਼ਾ ਔਖਾ ਹੁੰਦਾ, ਉਹਦੇ ਲਈ ਬੜੀ ਪਲੈਨਿੰਗ ਕਰਨੀ ਪੈਂਦੀ ਹੈ, ਔਰ ਜਿਹੜੇ ਆਉਣ ਵਾਲੇ ਵੀ ਸੀ ਉਹਨਾਂ ਨੂੰ ਅਜੇ ਕੁਛ ਐਕਸਪੀਰੀਅੰਸ ਨਹੀਂ ਸੀ ਇੱਥੇ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਫਿਰ ਵੀ ਬੜਾ ਵਧੀਆ ਪ੍ਰੋਗਰਾਮ ਹੋਇਆ। ਕਰੀਬ 150 ਤੋਂ ਵੱਧ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਉਹਦੇ 'ਚ, ਜੂਨੀਅਰ ਅਤੇ ਸੀਨੀਅਰ ਕੈਟੇਗਰੀ 'ਚ, ਅਤੇ ਜਿਹੜੇ ਸਿੱਖਦੇ ਸਨ ਉਹਨਾਂ ਨੂੰ ਔਰ ਇੰਨਾ ਵੱਡਾ ਵੱਡਾ ਇਨਾਮ, ਫਸਟ ਪ੍ਰਾਈਜ਼ ਜਿੱਦਾਂ 1,00,000 ਸੀਨੀਅਰ ਕੈਟੇਗਰੀ 'ਚ ਦਿੱਤਾ ਗਿਆ, ਹਰ ਇੱਕ ਫਾਈਨਲਿਸਟ ਜਿਹੜਾ ਵੀ ਫਾਈਨਲ 'ਚ ਆਏ ਸਨ ਉਹਨਾਂ ਨੂੰ 10,000 ਦਿੱਤਾ ਗਿਆ, ਸੈਕਿੰਡ ਨੂੰ, ਥਰਡ ਨੂੰ, ਬਹੁਤ ਵਧੀਆ ਕੰਮ ਕੀਤਾ ਸੱਚਪਾ ਨੇ, ਔਰ ਇਹਦੇ ਸਿੱਟੇ ਬਹੁਤ ਵਧੀਆ ਨਿਕਲਣਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਸਾਨੂੰ ਟਾਈਮ ਦੇਣ 'ਤੇ। ਦੇਖਦੇ ਰਹੋ ਜੀ ਨਾਮਧਾਰੀ ਮੀਡੀਆ ਇੰਡੀਆ, ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ।